ਕੀ ਤੁਸੀਂ ਕਦੇ ਭੂਤ ਵੇਖਿਆ ਏ? ਜਿੰਦਾ ਜਾਗਦਾ ਭੂਤ, ਭੂਤ ਵੀ ਅਜਿਹਾ ਜਿਹੜਾ ਚੋਰੀਆਂ ਕਰਦਾ ਹੋਵੇ। ਇੱਕ ਅਜਿਹਾ ਭੂਤ ਸੀਸੀਟੀਵੀ ਕੈਮਰੇ 'ਚ ਕੈਦ ਹੋਇਆ ਹੈ। ਭੂਤ ਦੇ ਹੁਲੀਏ 'ਚ ਆਈ ਇਸ ਚੋਰ ਨੇ ਉਸ ਜਗ੍ਹਾ ਨੂੰ ਨਿਸ਼ਾਨਾ ਬਣਾਇਆ ਹੈ ਜਿੱਥੇ ਲੋਕ ਆਸਥਾ 'ਚ ਸਿਰ ਚੁਕਾਉਂਦੇ ਨੇ। ਅਸੀਂ ਗੱਲ ਕਰ ਰਹੇ ਹਾਂ ਸ਼੍ਰੀ ਸਾਈਂ ਧਾਮ ਚੰਡੀਗੜ੍ਹ 'ਚ ਹੋਈ ਚੋਰੀ ਦੀ। ਇਸ ਚੋਰੀ ਤੋਂ ਬਾਅਦ ਤਫਤੀਸ਼ ਦੇ ਵਿੱਚ ਜਿਹੜੇ ਤੱਥ ਸਾਹਮਣੇ ਆਏ ਨੇ ਉਹ ਹੈਰਾਨ ਕਰਨ ਵਾਲੇ ਨੇ। ਦਰਅਸਲ ਇਸ ਮੰਦਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਇਆ ਚੋਰ ਭੂਤ ਦੇ ਪਹਿਰਾਵੇ 'ਚ ਆਇਆ ਸੀ। ਸੀਸੀਟੀਵੀ ਤਸਵੀਰਾਂ ਦੇਖ ਕੇ ਇੱਕ ਵਾਰ ਤਾਂ ਇਹੀ ਲੱਗਦਾ ਹੈ ਕਿ ਚੋਰੀ ਕਰਨ ਕੋਈ ਭੂਤ ਆਇਆ ਹੈ। ਦਰਅਸਲ ਸੱਚਾਈ ਇਹ ਹੈ ਕਿ ਚੋਰੀ ਕਰਨ ਆਏ ਇਸ ਸ਼ਖਸ ਨੇ ਮੂੰਹ ਦੇ ਉੱਤੇ ਭੂਤ ਵਾਲਾ ਮਖੋਟਾ ਪਾਇਆ ਸੀ। ਭੂਤ ਵਾਲਾ ਮਖੋਟਾ ਪਾਉਣ ਤੋਂ ਬਾਅਦ ਵੀ ਇਸਦਾ ਡਰ ਖਤਮ ਨਹੀਂ ਹੋਇਆ। ਕਿਤੇ ਕੋਈ ਪਹਿਚਾਣ ਨਾ ਲਵੇ ਇਸ ਲਈ ਇਸਨੇ ਆਪਣੇ ਸਰੀਰ ਦੇ ਉੱਤੇ ਬੋਰੀ ਵੀ ਲੈ ਲਈ। ਇਸ ਤੋਂ ਬਾਅਦ ਇਸਨੇ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦਾ ਮੂੰਹ ਘੁਮਾ ਦਿੱਤਾ, ਪਰ ਭੂਤ ਦੇ ਮਖੋਟੇ ਵਾਲਾ ਚਿਹਰਾ ਕੈਮਰੇ ਵਿੱਚ ਕੈਦ ਹੋ ਗਿਆ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੇਖੌਫ ਇਸ ਚੋਰ ਨੇ ਮੰਦਰ ਦੇ ਵਿੱਚ ਚੋਰੀ ਕੀਤੀ ਹੈ। ਟਾਰਚ ਦੇ ਸਹਾਰੇ ਮੰਦਰ ਦੀ ਦਾਨ ਪੇਟੀ ਖੋਲ੍ਹ ਕੇ ਸਾਰੇ ਵੱਡੇ ਨੋਟ ਕੱਢ ਕੇ ਲੈ ਗਿਆ। ਇਹ ਚੋਰ ਇੰਨਾ ਸ਼ਾਤਰ ਸੀ, ਆਪਣੇ ਹੱਥ ਦੇ ਪੈਰਾਂ ਦੇ ਉੱਤੇ ਕਾਲਾ ਰੰਗ ਲਗਾ ਕੇ ਆਇਆ ਸੀ ਤਾਂ ਕਿ ਭਵਿੱਖ ਵਿੱਚ ਕੋਈ ਵੀ ਫੋਰੈਂਸਿਕ ਜਾਂਚ ਇਸਦਾ ਜੁਰਮ ਬੇਨਕਾਬ ਨਾ ਕਰ ਸਕੇ। ਪੁਲਿਸ ਹੁਣ ਸੀਸੀਟੀਵੀ 'ਚ ਕੈਦ ਹੋਏ ਇਸ ਭੂਤ ਦੇ ਹੁਲੀਏ ਦੇ ਆਧਾਰ ਦੇ ਉੱਤੇ ਇਸ ਦੀ ਤਲਾਸ਼ ਵਿੱਚ ਜੁਟੀ ਹੈ। ਹੁਣ ਦੇਖਣਾ ਹੈ ਕਿ ਪੁਲਿਸ ਇਸ ਭੂਤ ਨੂੰ ਗ੍ਰਿਫਤਾਰ ਕਰ ਪਾਉਂਦੀ ਹੈ ਜਾਂ ਨਹੀਂ। ਦੈਨਿਕ ਮੇਲ ਪੰਜਾਬੀ ਟੀਵੀ ਦੀ ਰਿਪੋਰਟ।